ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸੁਣਾਓ, ਕੀ ਹਾਲ ਚਾਲ ਤੁਹਾਡਾ? ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮੋਨਾ ਢਿੱਲੋਂ ਕੁਕਿੰਗ ਵਲੋਗਸ ਵਿੱਚ। ਅੱਜ ਆਪਾਂ ਆਪਣੇ ਕਿਚਨ ਦੇ ਵਿੱਚ ਬਣਾਵਾਂਗੇ ਪਕੌੜਿਆਂ ਵਾਲੀ ਕੜੀ, ਸਭ ਦੀ ਫੇਵਰੇਟ, ਬਹੁਤ ਫਲੇਵਰਫੁੱਲ, ਬਹੁਤ ਟੇਸਟੀ। ਦੇਖੋ ਵੇਖਣ ਨੂੰ ਕਿੰਨੀ ਸੋਹਣੀ ਲੱਗ ਰਹੀ, ਕਿੰਨੀ ਟੇਸਟੀ ਲੱਗ ਰਹੀ ਹੈ ਗਰਮਾ ਗਰਮ ਕੜੀ। ਇਹਨੂੰ ਚੌਲਾਂ ਦੇ ਨਾਲ ਜਾਂ ਪਰੌਂਠੇ ਨਾਲ ਜਾਂ ਲੱਛੇ ਪਰਾਂਠੇ ਨਾਲ ਵੀ ਬਹੁਤ ਟੇਸਟੀ ਲੱਗਦੀ ਹੈ। ਪੰਜਾਬੀਆਂ ਦੀ ਤਾਂ ਫੇਵਰੇਟ ਡਿਸ਼ ਹੈ ਇਹ, ਖਾਸ ਕਰ ਸਾਰੀਆਂ ਗਰਮੀਆਂ ਇਹੋ ਹੀ ਚੱਲਦੀ ਆ। ਠੀਕ ਹੈ ਜੀ, ਆਓ ਫਿਰ ਬਣਾਈਏ ਆਪਾਂ। ਕੜਾਹੀ ਦੇ ਵਿੱਚ ਮੈਂ ਸਰ੍ਹੋਂ ਦਾ ਤੇਲ ਲੈ ਲਿਆ 4 ਚਮਚ, ਜਿੰਨਾ ਚਿਰ ਤੇਲ ਗਰਮ ਹੁੰਦਾ ਆ, ਕਿਉਂਕਿ ਤੇਲ ਆਪਾਂ ਸਾੜ ਕੇ ਠੰਡਾ ਕਰਨਾ, ਉਨਾ ਚਿਰ ਆਪਾਂ ਲਸਣ ਅਦਰਕ ਜਿਹੜਾ ਉਹ ਕੁੱਟ ਲੈਂਦੇ ਹਾਂ। ਇਹ ਮੈਂ ਕ੍ਰਸ਼ ਕਰਕੇ ਪਾਉਣਾ ਆ। 10-12 ਕਲੀਆਂ ਲਸਣ ਦੀਆਂ ਵਾ, 2 ਇੰਚ ਅਦਰਕ ਦਾ ਟੁਕੜਾ ਅਤੇ 2 ਪਿਆਜ਼ ਮੈਂ ਲੰਬੇ ਲੰਬੇ ਕੱਟ ਲਏ ਆ। ਨਾਲ ਆਪਾਂ ਖੜ੍ਹੇ ਮਸਾਲੇ ਲਵਾਂਗੇ, ਮੇਥੇ ਆ 1 ਚਮਚ ਅਤੇ 1 ਚਮਚ ਜੀਰਾ ਆ, ਅਤੇ 2 ਚਮਚ ਆਪਾਂ ਲਏ ਆ ਸਾਬਤ ਧਨੀਆ, ਕਾਲੀ ਮਿਰਚ ਅਤੇ ਜੀਰਾ ਕ੍ਰਸ਼ ਕਰਕੇ। ਇਹਦਾ ਟੇਸਟ ਬਹੁਤ ਵਧੀਆ ਆਉਂਦਾ ਸਾਬਤ ਧਨੀਏ ਦਾ। ਇਹਦੇ 'ਚ ਖੜ੍ਹੇ ਮਸਾਲੇ ਆਪਾਂ ਪਾ ਦਾਂਗੇ ਤੇਲ ਦੇ ਵਿੱਚ। ਤੇਲ ਆਪਣਾ ਗਰਮ ਹੋ ਕੇ ਥੋੜ੍ਹਾ ਜਿਹਾ ਠੰਡਾ ਹੋ ਗਿਆ ਸੀ, ਨਾਲ ਹੀ ਆਪਾਂ ਪਿਆਜ਼ ਪਾ ਦਾਂਗੇ। ਪਿਆਜ਼ ਨੂੰ ਆਪਾਂ ਜ਼ਿਆਦਾ ਬਰਾਊਨ ਨਹੀਂ ਕਰਨਾ, ਨਾਲ ਹੀ ਆਪਾਂ ਇਹਦੇ ਮੇਥੀ ਪਾ ਦਾਂਗੇ ਕੱਟੀ ਹੋਈ। ਮੇਥੀ ਦਾ ਟੇਸਟ ਬਹੁਤ ਵਧੀਆ ਲੱਗਦਾ ਸਾਗ 'ਚ, ਮੇਥੀ ਜ਼ਰੂਰ ਐਡ ਕਰਿਓ। ਜੇ ਤੁਹਾਡੇ ਕੋਲ ਸੁੱਕੀ ਮੇਥੀ ਆ, ਕਸੂਰੀ ਮੇਥੀ, ਤਾਂ ਉਹ ਤੁਸੀਂ ਬਾਅਦ ਵਿੱਚ ਪਾ ਸਕਦੇ ਜੀ, ਜੇ ਹਰੀ ਆ ਤਾਂ ਉਹ ਪਹਿਲਾਂ ਨਾਲ ਹੀ ਪਾ ਦਿਓ। ਨਾਲ ਹੀ ਆਪਾਂ 2 ਚਮਚ ਕ੍ਰਸ਼ ਕੀਤਾ ਜਿਹੜਾ ਮਸਾਲਾ ਲਸਣ ਅਦਰਕ ਉਹ ਪਾ ਦਿੱਤਾ ਆ। ਇੱਧਰ ਆਪਾਂ ਬੇਸਣ ਅਤੇ ਲੱਸੀ ਦਾ ਘੋਲ ਤਿਆਰ ਕਰ ਲੈਂਦੇ ਹਾਂ। ਮੈਂ ਬੇਸਣ ਲਿਆ, ਇਹਦੇ ਵਾਸਤੇ 1 ਕੌਲੀ ਬੇਸਣ ਲਿਆ ਆ, ਅਤੇ ਉਹਦੇ ਵਿੱਚ ਆਪਾਂ ਲੱਸੀ ਪਾਵਾਂਗੇ। ਇਹ ਦਹੀਂ ਦੀ ਲੱਸੀ ਆ, ਇਹਨੂੰ ਮੈਂ 1 ਦਿਨ ਲਈ ਬਾਹਰ ਰੱਖ ਛੱਡਿਆ ਸੀ ਤਾਂ ਕਿ ਖੱਟੀ ਹੋ ਜਾਵੇ। ਖੱਟੀ ਲੱਸੀ ਜਿਹੜੀ ਆ ਜਾਂ ਖੱਟਾ ਦਹੀਂ ਆ, ਇਹਦੀ ਬਹੁਤ ਸਵਾਦ ਕੜੀ ਬਣਦੀ ਹੈ। ਇਹਨੂੰ ਆਪਾਂ ਹੌਲੀ ਹੌਲੀ ਕਰਕੇ ਪਾ ਕੇ ਚੰਗੀ ਤਰ੍ਹਾਂ ਵਿਸਕ ਦੀ ਸਹਾਇਤਾ ਨਾਲ ਘੋਲ ਲਵਾਂਗੇ ਤਾਂ ਕਿ ਲੰਪ ਨਾ ਰਹੇ ਕੋਈ ਵੀ। ਚੰਗੀ ਤਰ੍ਹਾਂ ਆਪਾਂ ਸਾਰੀ ਪਾ ਕੇ ਅਤੇ ਇਹਨੂੰ ਘੋਲ ਤਿਆਰ ਕਰ ਲਾਂਗੇ। ਥੋੜ੍ਹੀ ਬਚ ਗਈ ਆ, ਉਹ ਆਪਾਂ ਬਾਅਦ ਵਿੱਚ ਪਾਵਾਂਗੇ। ਇਹ ਮਿਕਸ ਹੋ ਗਿਆ ਜੀ ਚੰਗੀ ਤਰ੍ਹਾਂ। ਉੱਧਰ ਆਪਣਾ ਗੰਢਾ ਵੀ ਭੁੱਜ ਰਿਹਾ ਆ, ਤੜਕਾ ਬਣ ਰਿਹਾ ਆ ਹੁਣ। ਨਾਲ ਹੀ ਆਪਾਂ ਤੜਕਾ ਆਪਣਾ ਭੁੱਜ ਗਿਆ ਆ, ਅਤੇ ਨਾਲ ਹੀ ਆਪਾਂ ਨਮਕ ਪਾ ਦੇਵਾਂਗੇ। 2 ਟੀਸਪੂਨ ਨਮਕ ਪਾਏ ਆ, ਕਿਉਂਕਿ 1 ਕੌਲੀ ਬੇਸਣ ਦੀ ਆ, ਕਾਫੀ ਕੜੀ ਬਣੇਗੀ। ਨਾਲ ਹੀ ਆਪਾਂ ਹਲਦੀ ਪਾ ਦੇਵਾਂਗੇ, 2 ਟੀਸਪੂਨ ਹਲਦੀ ਪਾਏ ਆ, ਅਤੇ ਨਾਲ ਹੀ ਆਪਾਂ ਲਾਲ ਮਿਰਚ ਪਾ ਦੇਵਾਂਗੇ 1/2 ਟੀਸਪੂਨ। ਬਾਕੀ ਨਮਕ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ, ਜਿਸ ਤਰ੍ਹਾਂ ਤੁਸੀਂ ਖਾਂਦੇ ਹੋ। ਬਾਅਦ ਵਿੱਚ ਆਪਾਂ ਹਰੀਆਂ ਮਿਰਚਾਂ ਵੀ ਪਾਵਾਂਗੇ 2। ਥੋੜ੍ਹਾ ਜਿਹਾ ਪਾਣੀ ਪਾ ਲੈਂਦੇ ਹਾਂ ਤਾਂ ਕਿ ਮਸਾਲੇ ਸੜਨ ਨਾ ਅਤੇ ਚੰਗੀ ਤਰ੍ਹਾਂ ਤੜਕਾ ਭੁੱਜ ਜਾਵੇ। ਪਿਆਜ਼ ਨੂੰ ਇਹਦੇ ਵਿੱਚ ਟ੍ਰਾਂਸਲੂਸੈਂਟ ਹੀ ਕਰਨਾ ਆ, ਜ਼ਿਆਦਾ ਬਰਾਊਨ ਨਹੀਂ ਕਰਨਾ, ਬਸ ਇਹ ਧਿਆਨ ਰੱਖਣਾ, ਨਹੀਂ ਤਾਂ ਕੜੀ ਦਾ ਰੰਗ ਚੇਂਜ ਹੋ ਜਾਂਦਾ। 2 ਮਿਰਚਾਂ ਪਾ ਦਾਂਗੇ ਸਲਿਟ ਕਰਕੇ, ਜੇ ਬੱਚੇ ਆ ਤਾਂ ਇਹੋ ਜਿਹੀਆਂ ਮਿਰਚਾਂ ਪਾਇਓ, ਕੱਟ ਕੇ ਨਾ ਪਾਇਓ, ਨਹੀਂ ਤਾਂ ਉਹ ਮੂੰਹ 'ਚ ਆ ਜਾਂਦੀਆਂ ਬੱਚਿਆਂ ਦੇ, ਨਹੀਂ ਤਾਂ ਤੁਸੀਂ ਸਕਿੱਪ ਵੀ ਕਰ ਸਕਦੇ ਜੇ। ਹੁਣ ਆਪਾਂ ਜਿਹੜਾ ਘੋਲ ਤਿਆਰ ਕੀਤਾ ਸੀਗਾ ਉਹ ਪਾ ਦਿੰਦੇ ਹਾਂ, ਲੱਸੀ ਦਾ ਅਤੇ ਬੇਸਣ ਦਾ। ਹੁਣੇ ਦੇਖੋ ਕਿੰਨਾ ਵਧੀਆ ਲੱਗ ਰਿਹਾ ਆ ਕਲਰ ਇਹਦਾ। ਅਜੇ ਹਲਦੀ ਜਿਹੜਾ ਉਹ ਕਲਰ ਛੱਡੇਗੀ ਆਪਣਾ ਕੜੀ ਦੇ ਵਿੱਚ, ਹਲਦੀ ਬਾਅਦ ਵਿੱਚ ਹੀ ਕਲਰ ਛੱਡਦੀ ਆ, ਪਹਿਲਾਂ ਫਿੱਕਾ ਲੱਗਦਾ ਆ ਰੰਗ। ਬਾਕੀ ਜਿਹੜੀ ਰਹਿੰਦੀ ਲੱਸੀ ਉਹ ਵੀ ਆਪਾਂ ਪਾ ਦੇਵਾਂਗੇ, ਅਤੇ ਨਾਲ ਆਪਾਂ ਥੋੜ੍ਹਾ ਜਿਹਾ ਹੋਰ ਪਾਣੀ ਵੀ ਪਾਵਾਂਗੇ। ਕੜੀ ਦਾ ਮਤਲਬ ਇਹ ਆ ਵੀ ਕੜ ਕੜ ਕੇ ਬਣੀ ਹੋਈ ਚੀਜ਼, ਇਸ ਲਈ ਆਪਾਂ ਇਹਨੂੰ 15-20 ਮਿੰਟ ਨਹੀਂ ਬਲਕਿ 1.5 ਘੰਟਾ ਰਿਝਾਉਣਾ ਆ ਸਲੋ ਫਲੇਮ 'ਤੇ। ਪਹਿਲਾਂ ਫੁੱਲ ਰੱਖਾਂਗੇ, ਜਦੋਂ ਬੋਇਲ ਆ ਗਿਆ ਫਿਰ ਆਪਾਂ ਸਿਮ 'ਤੇ ਇਹਨੂੰ 1.5 ਘੰਟਾ ਰਿਝਾਉਣਾ ਆ।
ਉਹਦੇ ਨਾਲ ਹੀ ਕੜੀ ਸਵਾਦ ਬਣਦੀ ਆ ਜੇ ਜ਼ਿਆਦਾ ਰਿੰਨੀ ਹੈ ਇਹਨੂੰ। 3 ਲੀਟਰ ਪਾਣੀ ਪਾ ਦਿੱਤਾ ਮੈਂ ਟੋਟਲ ਇਹਦੇ ਵਿੱਚ, ਕਿਉਂਕਿ ਕਾਫੀ ਦੇਰ ਰਿਝਾਉਣੀ ਆਪਾਂ, ਇਸ ਲਈ ਪਾਣੀ ਥੋੜ੍ਹਾ ਖੁੱਲ੍ਹਾ ਹੀ ਪਾਇਓ, ਕਿਉਂਕਿ ਬਾਅਦ ਵਿੱਚ ਰਿਡਿਊਸ ਹੋ ਜਾਂਦਾ ਪਾਣੀ ਜਦੋਂ ਬਣ ਜਾਵੇ। ਇਹ ਦੇਖੋ ਅੱਗੇ ਨਾਲੋਂ ਗਾੜੀ ਹੋ ਗਈ ਆ, ਇਹਨੂੰ 20-25 ਮਿੰਟ ਹੋ ਗਏ ਆ ਰਿੱਝਦੀ ਨੂੰ। ਅਜੇ ਇਹਨੂੰ ਆਪਾਂ 1 ਘੰਟਾ ਹੋਰ ਰਿੰਨਣਾ, ਫਿਰ ਰੱਖ ਦੇਵਾਂਗੇ ਥੋੜ੍ਹਾ ਢੱਕਣ ਟੇਢਾ ਕਰਕੇ। ਕੜੀ ਨੂੰ ਖੁੱਲ੍ਹੇ ਮੂੰਹ ਵਾਲੇ ਬਰਤਨ ਵਿੱਚ ਬਣਾਇਓ, ਕਿਉਂਕਿ ਜੇ ਭੀੜਾ ਹੋਵੇ ਉੱਬਲਣ ਲੱਗਿਆ 1 ਮਿੰਟ ਹੀ ਲਾਉਂਦੀ ਹੈ, ਉੱਬਲਣ ਦੇ ਵਿੱਚ ਬਹੁਤ ਮਾਰ ਆ ਇਹ, ਇਸ ਲਈ ਤੁਹਾਡੇ ਜਿਹੜਾ ਚੌੜਾ ਮੂੰਹ ਹੋਵੇ ਬਰਤਨ ਦਾ ਉਹ ਲਿਓ, ਕਿਉਂਕਿ ਆਪਾਂ ਰਝਾਉਣੀ ਵੀ ਕਾਫੀ ਆ, ਫਿਰ ਇੰਨਾ ਧਿਆਨ ਨਹੀਂ ਰੱਖਿਆ ਜਾਂਦਾ। ਸ਼ੁਰੂ ਦੇ ਵਿੱਚ ਤਾਂ ਬਹੁਤ ਜ਼ਿਆਦਾ ਉੱਬਲਦੀ ਆ, ਅਤੇ ਨਾਲ ਹੀ ਆਪਾਂ ਪਕੌੜਿਆਂ ਦੀ ਤਿਆਰੀ ਕਰ ਲੈਂਦੇ ਹਾਂ। ਥੋੜ੍ਹੀ ਜਿਹੀ ਪਾਲਕ ਪਈ ਸੀ ਮੇਰੇ ਕੋਲ, ਪਾਲਕ ਪਾ ਲਈ ਆ, ਨਾਲ ਪਿਆਜ਼ ਪਾ ਲਿਆ 1 ਵੱਡਾ, ਅਤੇ ਨਾਲ ਆਪਾਂ ਧਨੀਆ ਪਾ ਲਾਂਗੇ ਥੋੜ੍ਹਾ ਜਿਹਾ, ਥੋੜ੍ਹਾ ਜਿਹਾ ਧਨੀਆ ਆਪਾਂ ਰੱਖ ਲਾਂਗੇ ਕੜੀ ਦੀ ਗਾਰਨਿਸ਼ ਲਈ। ਅਤੇ ਇਹ ਲਸਣ ਅਦਰਕ ਜਿਹੜਾ ਆਪਾਂ ਕੁੱਟਿਆ ਸੀਗਾ ਉਹ 'ਚੋਂ ਮੈਂ ਥੋੜ੍ਹਾ ਜਿਹਾ ਅੱਧਾ ਕੁ ਚਮਚ ਰੱਖ ਲਿਆ ਸੀ, ਉਹ ਆਪਾਂ ਪਾ ਦਾਂਗੇ ਪਕੌੜਿਆਂ 'ਚ। ਇਹ ਜ਼ਰੂਰ ਪਾਇਓ, ਪਕੌੜੇ ਬਹੁਤ ਹੀ ਵਧੀਆ ਬਣਦੇ ਜੇ। ਅਤੇ ਨਾਲ ਆਪਾਂ ਮੇਥੀ ਸੀ ਥੋੜ੍ਹੀ ਜਿਹੀ ਰੱਖੀ, ਬਿਲਕੁਲ ਥੋੜ੍ਹੀ ਜਿਹੀ, 4-5 ਚਮਚ ਹੀ, ਉਹ ਵੀ ਪਾ ਦਿੱਤੀ। ਨਾਲ ਆਪਾਂ ਬੇਸਣ ਪਾ ਦੇਵਾਂਗੇ, ਮਟੀਰੀਅਲ ਆਪਣਾ ਕਾਫੀ ਹੋ ਗਿਆ ਇਸ ਲਈ ਬੇਸਣ ਆਪਾਂ 1.5 ਕੌਲੀ ਪਾ ਦਿੰਦੇ ਹਾਂ ਪਹਿਲਾਂ, ਬਾਅਦ ਵਿੱਚ ਦੇਖ ਲੈਂਦੇ ਹਾਂ ਜੇ ਹੋਰ ਚਾਹੀਦਾ ਹੋਇਆ ਹੋਰ ਪਾ ਦਾਂਗੇ, ਵੈਸੇ ਇੰਨਾ ਹੀ ਠੀਕ ਲੱਗਦਾ ਮੈਨੂੰ। ਨਾਲ ਆਪਾਂ ਨਮਕ ਪਾ ਦਾਂਗੇ 1 ਟੀਸਪੂਨ, ਜੇ ਤੁਸੀਂ ਤੇਜ਼ ਖਾਂਦੇ ਥੋੜ੍ਹਾ ਜਿਹਾ ਹੋਰ ਪਾ ਲਓ, ਹਲਦੀ ਪਾ ਲਾਂਗੇ 1/2 ਟੀਸਪੂਨ ਕਲਰ ਵਾਸਤੇ। ਅਤੇ ਨਾਲ ਹੀ ਆਪਾਂ ਜਿਹੜਾ ਮਸਾਲਾ ਕੁੱਟਿਆ ਇਹ ਤਾਂ ਬਹੁਤਾ ਹੀ ਸਵਾਦ ਲੱਗਦਾ ਪਕੌੜਿਆਂ ਦੇ ਵਿੱਚ, ਸਾਬਤ ਧਨੀਆ, ਜੀਰਾ ਅਤੇ ਕਾਲੀ ਮਿਰਚ। ਅਤੇ ਨਾਲ ਹੀ ਆਪਾਂ ਪਾ ਦਾਂਗੇ ਅਨਾਰਦਾਣਾ, ਅਨਾਰਦਾਣਾ ਵੀ ਬਹੁਤ ਵਧੀਆ ਲੱਗਦਾ, 1 ਟੀਸਪੂਨ ਪਾਇਆ ਮੈਂ, ਨਾਲ 2 ਹਰੀਆਂ ਮਿਰਚਾਂ ਕੱਟ ਕੇ ਪਾ ਦੇਵਾਂਗੇ। ਹਰੀਆਂ ਮਿਰਚਾਂ ਤੁਹਾਡੀ ਆਪਣੀ ਚੋਇਸ ਆ, ਪਾਉਣੀਆਂ ਜਾਂ ਨਹੀਂ ਪਾਉਣੀਆਂ, ਜਾਂ ਕੁੱਟ ਕੇ ਵੀ ਪਾ ਸਕਦੇ ਹੋ। ਇਹ ਜੀ ਆਪਣਾ ਮਟੀਰੀਅਲ ਤਿਆਰ ਆ, ਉਹ ਬਰਤਨ ਭੀੜਾ ਸੀਗਾ ਆਪਾਂ ਇਹਦੇ ਵਿੱਚ ਟ੍ਰਾਂਸਫਰ ਕਰ ਲਿਆ ਆ। ਇਹ ਥੋੜ੍ਹਾ ਜਿਹਾ ਦਹੀਂ ਰੱਖਿਆ ਸੀ ਮੈਂ ਪਕੌੜਿਆਂ ਦੇ ਵਿੱਚ ਪਾਉਣ ਲਈ, ਇਹਦੇ ਨਾਲ ਬਹੁਤ ਵਧੀਆ ਪੋਲੇ ਪੋਲੇ ਅਤੇ ਬਹੁਤ ਵਧੀਆ ਪਕੌੜੇ ਬਣਦੇ ਆ, ਜ਼ਰੂਰ ਪਾਇਆ ਕਰੋ। ਮਿੱਸੀਆਂ ਰੋਟੀਆਂ 'ਚ ਵੀ ਪਾਇਆ ਕਰੋ ਜਿਹੜਾ ਆਪਾਂ ਆਟੇ 'ਚ ਗੁੰਨ ਕੇ ਬਣਾਈ ਦੀਆਂ। ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਵਾਂਗੇ, ਇਹਦੇ ਵਿੱਚ ਪਾਣੀ ਪਾਉਣ ਦੀ ਆਪਾਂ ਨੂੰ ਸ਼ਾਇਦ ਹੀ ਥੋੜ੍ਹੀ ਜਿਹੀ ਲੋੜ ਪਵੇ, ਕਿਉਂਕਿ ਪਾਲਕ ਆ, ਪਿਆਜ਼ ਆ, ਇਹਨਾਂ ਦੇ ਵਿੱਚ ਵੈਸੇ ਪਾਣੀ ਬਹੁਤ ਆ। ਨਾਲੇ ਆਪਾਂ ਦਹੀਂ ਵੀ ਥੋੜ੍ਹਾ ਜਿਹਾ ਪਾ ਲਿਆ, ਥੋੜ੍ਹਾ ਜਿਹਾ 4-5 ਚਮਚ ਹੀ ਪਾਣੀ ਇਹਦੇ ਵਿੱਚ ਲੱਗਾ ਹੋਰ। ਇਹ ਆਪਣਾ ਮਟੀਰੀਅਲ ਤਿਆਰ ਹੋ ਗਿਆ ਜੀ, ਥੋੜ੍ਹਾ ਜਿਹਾ ਨਮਕ ਦੇਖ ਲਿਓ ਇਹਦਾ, ਤੇਲ ਵੀ ਆਪਣਾ ਪੂਰਾ ਗਰਮ ਆ। ਹੁਣ ਆਪਾਂ ਛੋਟੇ ਛੋਟੇ ਪਕੌੜੇ ਪਾਵਾਂਗੇ, ਕੜੀ ਦੇ ਵਿੱਚ ਬਹੁਤੇ ਵੱਡੇ ਪਕੌੜੇ ਨਹੀਂ ਚੰਗੇ ਲੱਗਦੇ, ਛੋਟੇ ਛੋਟੇ ਕੱਢਿਓ, ਜੇ ਵੱਡੇ ਨਿਕਲ ਵੀ ਆਉਣ ਤਾਂ ਕੱਟ ਕੇ ਪਾ ਸਕਦੇ ਜੇ, ਇੱਡੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਇਹ ਪਕੌੜੇ ਥੋੜ੍ਹੇ ਜਿਹੇ ਜ਼ਿਆਦਾ ਲਾਲ ਹੋ ਗਏ ਆ ਪਹਿਲਾਂ, ਇਹ ਆਪਾਂ ਕੱਢ ਲੈਂਦੇ ਹਾਂ, ਇਹਨਾਂ ਨੂੰ ਥੋੜ੍ਹਾ ਜਿਹਾ ਹੋਰ ਦੂਜਿਆਂ ਨੂੰ ਸੇਕ ਲਵਾਵਾਂਗੇ। ਪਕੌੜੇ ਆਪਣੇ ਤਿਆਰ ਆ ਜੀ, ਕੜੀ ਆਪਣੀ ਬਣ ਗਈ ਆ, 1.5-2 ਘੰਟੇ ਰਿੱਝ ਗਈ ਆ ਖੁੱਲ੍ਹੇ ਟਾਈਮ ਨਾਲ ਹੀ, ਪਕੌੜੇ ਪਾ ਤੇ ਆ। ਪਕੌੜੇ ਵੀ ਹੁਣ ਸਿਮ 'ਤੇ ਰੱਖੀ ਹੋਈ ਆ ਕੜੀ, ਪਕੌੜੇ ਵੀ ਇਹਦੇ ਵਿੱਚ ਥੋੜ੍ਹੇ ਸੌਫਟ ਹੋ ਜਾਣਗੇ ਹੁਣ, ਕਿਉਂਕਿ ਗਰਮ ਕੜੀ ਦੇ ਵਿੱਚ ਹੀ ਤੁਸੀਂ ਪਕੌੜੇ ਪਾਉਣੇ ਆ। ਨਾਲ ਹੀ ਆਪਾਂ ਗਰਮ ਮਸਾਲਾ ਪਾ ਦੇਵਾਂਗੇ 1 ਟੀਸਪੂਨ, ਅਤੇ ਨਾਲ ਹੀ ਆਪਾਂ ਹਰਾ ਧਨੀਆ ਪਾ ਦਾਂਗੇ ਜਿਹੜਾ ਆਪਾਂ ਬਚਾ ਕੇ ਰੱਖਿਆ ਸੀ। ਬਹੁਤ ਵਧੀਆ, ਦੇਖੋ ਸ਼ਕਲ ਹੀ ਬੜੀ ਸੋਹਣੀ ਆ, ਹਾਲੇ ਸ਼ਕਲ ਹੋਰ ਸੋਹਣੀ ਹੋ ਜਾਣੀ ਜਦੋਂ ਆਪਾਂ ਖੀਰਲਾ ਤੜਕਾ ਲਾਇਆ। ਇਹ ਜੀ ਖੀਰਲਾ ਤੜਕਾ ਲਾਉਣ ਲੱਗੇ ਆਪਾਂ, ਉਸੇ ਤੇਲ ਦੇ ਵਿੱਚੋਂ ਆਪਾਂ ਤੇਲ ਲੈ ਲਿਆ ਥੋੜ੍ਹਾ ਜਿਹਾ, ਨਾਲ ਆਪਾਂ ਪਾ ਦਾਂਗੇ ਬਰੀਕ ਬਰੀਕ ਕੱਟਿਆ ਹੋਇਆ ਕੜੀ ਪੱਤਾ, 1/2 ਟੀਸਪੂਨ ਹਲਦੀ ਅਤੇ 1 ਟੇਬਲ ਸਪੂਨ ਕਸ਼ਮੀਰੀ ਲਾਲ ਮਿਰਚ ਪਾਊਡਰ। ਇਹਨਾਂ ਨੂੰ ਆਪਾਂ ਥੋੜ੍ਹਾ ਜਿਹਾ ਭੁੰਨਣਾ ਆ, ਕਿਉਂਕਿ ਇੱਕਦਮ ਸੜ ਸਕਦੇ ਆ।
ਨਾਲ ਹੀ ਆਪਾਂ ਇਹਦੇ ਵਿੱਚ ਪਾਤੀ ਆ ਰਾਈ, ਇਹ ਹੁਣ ਵਿੱਚ ਪਾ ਦੇਵਾਂਗੇ ਇਹਦੇ। ਦੇਖੋ ਕਿੰਨਾ ਵਧੀਆ ਕਲਰ ਲੱਗਦਾ ਇਸ ਮਸਾਲੇ ਨਾਲ ਹੀ, ਕੜੀ ਦਾ ਅਸਲੀ ਮਜ਼ਾ ਆਉਂਦਾ ਜੀ। ਇਹ ਜ਼ਰੂਰ ਲਾਇਆ ਕਰੋ ਮਗਰੋਂ, ਜੇ ਲਾਲ ਸਾਬਤ ਮਿਰਚਾਂ ਪਾਉਣੀਆਂ ਤੁਸੀਂ ਉਹ ਵੀ ਪਾ ਸਕਦੇ ਜੀ। ਦੇਖੋ ਕਿੰਨਾ ਸੋਹਣਾ ਕਲਰ ਆਇਆ, ਬੜੀ ਵਧੀਆ ਖੁਸ਼ਬੂ ਆ ਰਹੀ ਆ। ਹੁਣ ਆਪਾਂ ਇਹਨੂੰ ਸਰਵ ਕਰਾਂਗੇ। ਅਤੇ ਜੇ ਤੁਸੀਂ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ, ਅਤੇ ਮੇਰੀਆਂ ਵੀਡੀਓਜ਼ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਜ਼ਿਆਦਾ ਤੋਂ ਜ਼ਿਆਦਾ। ਮੇਰੇ ਬਹੁਤ ਘੱਟ ਵਿਊਜ਼ ਆ ਰਹੇ ਆ, ਬਹੁਤ ਘੱਟ ਸਬਸਕ੍ਰਾਈਬਰ ਆ, ਅਤੇ ਪਲੀਜ਼ ਸਬਸਕ੍ਰਾਈਬਰ ਜਿਹੜੇ ਆ ਥੋੜ੍ਹੇ ਜਿਹੇ ਹੋਰ ਵਧਾਓ। ਮੈਨੂੰ ਤੁਹਾਡਾ ਬਹੁਤ ਪਿਆਰ ਮਿਲ ਰਿਹਾ, ਅਤੇ ਥੋੜ੍ਹਾ ਜਿਹਾ ਪਿਆਰ ਮੇਰੇ ਨਾਲ ਹੋਰ ਵਧਾ ਲਓ। ਠੀਕ ਹੈ ਜੀ, ਓਕੇ ਜੀ, ਬਾਏ। ਤੁਸੀਂ ਵੀ ਬਣਾਓ, ਖਾਓ, ਬੱਚਿਆਂ ਨੂੰ ਖਵਾਓ। ਓਕੇ, ਬਾਏ, ਲਵ ਯੂ ਆਲ।